ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਜਗਜੀਤ ਸਿੰਘ ਜੀ ਹੁਣਾਂ ਨੇ ਆਪਣਾ ਸਾਰਾ ਜੀਵਨ ਸੱਚਾਈ ਦੇ ਰਸਤੇ ਤੇ ਚਲਦਿਆਂ ਬਿਤਾਇਆ। ਆਪ ਜੀ ਬਹੁਤ ਹੀ ਚੰਗੇ ਸੰਸਕਾਰਾਂ ਦੇ ਧਾਰਨੀ ਅਤੇ ਸਹਿਣਸ਼ੀਲ ਬਿਰਤੀ ਵਾਲੇ ਇਨਸਾਨ ਸਨ। ਗੁਰੂ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਅਤੇ ਦੀਨ ਦੁਖੀਆਂ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਅੱਜ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਸਰਦਾਰ ਜਗਜੀਤ ਸਿੰਘ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਹਾਊਸਿੰਗ ਬੋਰਡ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਪਾਈ ਰੇ ਰਾ
ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਹੁਣ ਸਰਦਾਰ ਕਰਮਜੀਤ ਸਿੰਘ ਜਿਨ੍ਹਾਂ ਨੂੰ ਕਿ ਪਗੜੀ ਦਿੱਤੀ ਜਾਣੀ ਹੈ, ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਵੱਲੋਂ ਪਗੜੀ ਆ ਕੇ ਪ੍ਰਾਪਤ ਕਰਨ ਜੀ। ਹੁਣ ਸ਼੍ਰੀ ਹਰੀਓਮ ਸ਼ਰਮਾ ਜੀ ਪਰਿਵਾਰ ਦੇ ਨਾਲ ਪਰਿਵਾਰ ਨਾਲ ਦੋ ਲਫ਼ਜ਼ ਕਹਿਣਗੇ ਜੀ ਪਿਛਲੀ ਆਤਮਾ ਵਾਸਤੇ ਜੀ। ਉਹਨਾਂ ਤੋਂ ਬਾਅਦ ਸਰਦਾਰ ਗੁਰਨਾਮ ਸਿੰਘ ਜੀ ਗਿੱਲ ਵੀ ਲੋਕਲ ਵਾਸਤੇ ਸ਼ਰਧਾ ਦੇ ਫੁੱਲ ਭੇਟ ਕਰਨਗੇ ਜੀ। ਜੋ ਇਨਸਾਨ ਚੰਗਾ ਕੰਮ ਕਰ ਜਾਂਦੇ ਨੇ ਉਹਨਾਂ ਨੂੰ ਦੁਨੀਆ ਯਾਦ ਕਰਦੀ ਆ, ਜੋ ਇਨਸਾਨ ਕੰਮ ਅਧੂਰੇ ਕਰ ਜਾਂਦੇ ਨੇ ਉਹਨਾਂ ਦੁਨੀਆ ਭੁਲਾ ਦਿੰਦੀ ਆ। ਇਸੇ ਤਰ੍ਹਾਂ ਇੰਸਪੈਕਟਰ ਅਜੀਤ ਸਿੰਘ ਜੀ ਉਹਨਾਂ ਨੇ ਬਤੌਰ ਮਹਿਕਮਾ CID ਦੇ ਵਿੱਚ ਜਿੱਥੇ ਆਪਦਾ ਬਹੁਤ ਵੱਡੀ ਭੂਮਿਕਾ ਨਿਭਾਈ ਆ, ਉੱਥੇ ਹੀ ਆਪਣੇ ਪਰਿਵਾਰ ਦਾ ਵੀ ਚੰਗਾ ਪਾਲਣ ਪੋਸ਼ਣ ਕੀਤਾ ਅਤੇ ਆਪਣੀਆਂ ਦੋਨਾਂ ਧੀਆਂ ਨੂੰ ਜਿੰਨੀ ਉਹ ਤਾਲੀਮ ਦੇ ਸਕਦੇ ਸੀ ਉਸ ਤੋਂ ਵੀ ਵੱਧ ਦੇ ਕੇ ਗਏ ਨੇ ਅਤੇ ਧੀਆਂ ਨੇ ਵੀ ਉਹਨਾਂ ਦੀ ਕਿਸੇ ਵੀ ਕਿਸਮ ਦੀ ਜੋ ਅੰਤ ਦੇ ਵਿੱਚ ਉਹਨਾਂ ਦੀ ਸੇਵਾ ਸੀ ਉਹਦੇ ਵਿੱਚ ਕਮੀ ਨਹੀਂ ਆਉਣ ਦਿੱਤੀ। ਇਹੀ ਇੱਕ ਚੰਗੇ ਪਰਿਵਾਰ ਦੀ ਵਿਲੱਖਣ ਹੁੰਦੀ ਆ। ਮਾਂ ਪਿਓ ਦੀ ਜੋ ਇਨਸਾਨ ਸੇਵਾ ਕਰਦਾ ਉਹ ਰੱਬ ਦਾ ਪੂਰਾ ਸੱਚਾ ਭਗਤ ਕਹਾਉਂਦਾ। ਅਸੀਂ ਜਾਣਦੇ ਹਾਂ ਮੰਦਰਾਂ ਮਸੀਤਾਂ ਗੁਰਦੁਆਰਿਆਂ ਦੇ ਵਿੱਚ ਜ਼ਰੂਰ, ਪਰ ਸੱਚੇ ਦਿਲੋਂ ਨਹੀਂ ਜਾਂਦੇ। ਜੋ ਸੱਚੇ ਇਨਸਾਨ ਹੁੰਦੇ ਨੇ ਉਹ ਮਾਂ ਬਾਪ ਦੀ ਸੇਵਾ ਤੋਂ ਦੇਖ ਤਨ ਨਹੀਂ ਹੁੰਦੇ। ਸਰਦਾਰ ਜਗਜੀਤ ਸਿੰਘ ਬਹੁਤ ਮਿੱਠ ਬੋਲੇ ਅਤੇ ਵਧੀਆ ਇਨਸਾਨ ਸਨ ਔਰ ਉਹ ਸਾਡੇ ਲਾਲਬਾਗ ਦੇ ਵਿੱਚ ਬਹੁਤ ਦਿਲਚਸਪੀ ਸੁਸਾਇਟੀ ਵਿੱਚ ਰੱਖਦੇ ਰਹੇ। ਕੁਝ ਸਮੇਂ ਬਾਅਦ ਉਹਨਾਂ ਦੀ ਸਿਹਤ ਖਰਾਬ ਹੋ ਗਈ, ਉਹਨਾਂ ਨੂੰ ਸ਼ੂਗਰ ਅਤੇ ਹੋਰ ਪ੍ਰੋਬਲਮਾਂ ਨੇ ਘੇਰ ਲਿਆ। ਰੱਬ ਨੂੰ ਉਦੋਂ ਹੀ ਉਹਨਾਂ ਦੀ ਪਤਨੀ ਅਜੀਤ ਕੌਰ ਵੀ ਬਿਮਾਰ ਹੋ ਗਏ ਔਰ ਲਗਾਤਾਰ ਦੋਨੋਂ ਬਿਮਾਰ ਤੁਰਦੇ ਆਏ। ਔਰ ਦੇਖਣ ਵਾਲੀ ਗੱਲ ਇਹ ਆ ਕਿ ਅਸੀਂ ਲੋਕ ਕਹਿੰਦੇ ਹਾਂ ਕਿ ਲੜਕੇ ਹੋਣਗੇ ਅਤੇ ਲੜਕੇ ਬਹੁਤ ਮਦਦ ਕਰਦੇ ਆ ਮਾਂ ਪਿਓ ਦੀ, ਪਰ ਉਹ ਸਾਰਾ ਦਿਨ ਜਿਹੜੀ ਸਾਹਮਣੇ ਆਈ ਕਿ ਦੋਨਾਂ ਦੀਆਂ ਲੜਕੀਆਂ, ਉਹਨਾਂ ਦੋਵਾਂ ਨੇ ਬਹੁਤ ਸਰਦਰਦੀ ਲੈ ਕੇ ਲਗਾਤਾਰ ਕਈ ਸਾਲਾਂ ਤੋਂ ਬਹੁਤ ਸੇਵਾ ਕੀਤੀ ਸਰਦਾਰ ਜਗਜੀਤ ਸਿੰਘ ਦੀ ਔਰ ਆਪਣੀ ਮਾਤਾ ਅਜੀਤ ਕੌਰ ਦੀ। ਤੁਸੀਂ ਬਹੁਤ ਵੱਡੀ ਗਿਣਤੀ 'ਚ ਸਾਡਾ ਸਹਿਯੋਗ ਦਿੱਤਾ, ਸਾਡੀ ਸਾਨੂੰ ਸਾਡਾ ਹੌਸਲਾ ਜਿਹੜਾ ਹੈ ਉਹ ਬੁਲੰਦ ਕੀਤਾ। ਸਾਡੀ ਬੇਨਤੀ ਇਹ ਵੀ ਪਰਿਵਾਰ ਵੱਲੋਂ ਅੱਜ ਲੰਗਰ ਜਿਹੜਾ ਤਿਆਰ ਕੀਤਾ ਹੈ, ਮਿਹਰਬਾਨੀ ਕਰਕੇ ਹਰ ਬੰਦੇ ਨੇ ਹਰ ਬੀਬੀ ਨੇ ਜਿਹੜੀ ਲੰਗਰ ਜਿਹੜਾ ਛਕ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।